ਸਤਿ ਸ੍ਰੀ ਅਕਾਲ ਜੀ, ਚੜ੍ਹਦੀ ਕਲਾ ਟਾਈਮ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਖਾਸ ਮੁਲਾਕਾਤ ਵਿਚ ਸਵਾਗਤ ਹੈ। ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਚਲਦਿਆਂ ਕੈਨੇਡਾ ਸਰਕਾਰ ਨੇ ਕੈਨੇਡੀਅਨਸ ਦੀ ਸਹੂਲਤ ਲਈ ਕੁਝ ਐਲਾਨ ਕੀਤੇ ਨੇ, ਜਿਸ ਬਾਰੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਸਰੀ ਤੋਂ ਪੱਤਰਕਾਰ ਓਂਕਾਰ ਸਿੰਘ ਖਾਲਸਾ ਨੇ ਸਰੀ ਬੀਸੀ ਇਲਾਕੇ ਦੇ ਐਮਪੀ ਸੁਖ ਧਾਲੀਵਾਲ ਦੇ ਨਾਲ ਵਿਸ਼ੇਸ਼ ਗੱਲਬਾਤ ਕੀਤੀ ਅਤੇ ਸਪਸ਼ਟ ਕੀਤਾ ਕਿ ਬੀਸੀ ਦੇ ਵਸਨੀਕਾਂ ਨੂੰ ਬਿਨਾਂ ਕਿਸੇ ਵਿਤਕਰੇ ਦੇ ਇਹ ਸਹੂਲਤਾਂ ਮਿਲਣਗੀਆਂ। ਆਓ ਸੁਣਦੇ ਹਾਂ ਇਹ ਵਿਸ਼ੇਸ਼ ਗੱਲਬਾਤ। ਚੜ੍ਹਦੀ ਕਲਾ ਟਾਈਮ ਟੀਵੀ ਤਾਂ ਬਹੁਤ ਬਹੁਤ ਜੀ ਆਇਆਂ ਨੂੰ, ਤੇ ਅਸੀਂ ਚਾਹੁੰਦੇ ਹਾਂ ਕਿ ਵੀ ਜੋ ਅੱਜ ਦੀ ਡੇਟ 'ਚ ਮਹਾਂਮਾਰੀ ਫੈਲੀ ਹੋਈ ਹੈ, ਆਪ ਜੀ ਦੇਖ ਰਹੇ ਬਹੁਤ ਲੋਕ ਜਿਹੜੇ ਇਸ ਨਾਲ ਪੂਰੀ ਦੁਨੀਆ 'ਚ ਪ੍ਰਭਾਵਿਤ ਨੇ, ਅਤੇ ਇਹਦੇ ਬਾਰੇ ਆਪ ਜੀ ਦਾ ਕੀ ਵਿਚਾਰ ਹੈ? ਦੇਖੋ, ਇੱਕ ਬਹੁਤ ਵੱਡੀ ਜਿਹੜੀ ਸਮੱਸਿਆ ਹੈਗੀ ਆ ਦੁਨੀਆ ਲੈਵਲ ਦੇ ਉੱਤੇ, ਜੇ ਵਰਲਡ ਵਾਰ ਤੋਂ ਬਾਅਦ ਜੇ ਕੋਈ ਸਮੱਸਿਆ ਆਈ ਹੈਗੀ ਆ ਤਾਂ ਉਹ ਇਹ ਸਮੱਸਿਆ ਹੈਗੀ, ਜਿੱਥੇ ਇੰਟਰਨੈਸ਼ਨਲ ਲੀਡਰ ਜਿਹੜੇ ਨੇ ਉਹ ਕੰਮ ਕਰ ਰਹੇ ਆ ਟੁਗੈਦਰ ਟੂ ਮੇਕ ਸ਼ੋਰ ਕਿ ਇਹਦੇ ਛੇਤੋਂ ਛੇਤੀ ਜਿਹੜਾ ਹੈਗਾ ਉਹ ਰੋਕਥਾਮ ਪਾਈ ਜਾ ਸਕੇ। ਅਤੇ ਇਹਦੇ ਵਾਸਤੇ ਆਪਾਂ ਦੇਖੀਏ ਜੇ ਕੈਨੇਡਾ ਸਰਕਾਰ ਕੀ ਕਰ ਰਹੀ ਹੈ? ਦੇਖੋ, ਕੈਨੇਡਾ ਸਰਕਾਰ ਦੇ ਪਹਿਲੀ ਗੱਲ ਇਹ ਹੈਗੀ ਕਿ ਅਸੀਂ ਵੈਲ ਬੀਇੰਗ ਜਿਹੜੇ ਕੈਨੇਡੀਅਨਸ ਦੀ ਉਹ ਕਿਸ ਤਰੀਕੇ ਨਾਲ ਪ੍ਰੋਟੈਕਟ ਕਰ ਸਕਦੇ ਹਾਂ, ਜਿਹੜੇ ਕੈਨੇਡੀਅਨਸ ਜਿਹੜੇ ਅੱਜ ਘਰੇ, ਕਿਉਂਕਿ ਅਸੀਂ ਸਰਕਾਰ ਕੀ ਕਹਿ ਰਹੀ ਹੈ, ਅਸੀਂ ਇਹ ਕਹਿ ਰਹੇ ਹਾਂ ਕਿ ਸੋਸ਼ਲ ਜਿਹੜਾ ਡਿਸਟੈਂਸ ਆ ਉਹ ਰੱਖੋ, ਆਪਣੇ ਆਪ ਨੂੰ ਆਈਸੋਲੇਟ ਕਰੋ, ਤੁਸੀਂ ਕੰਮਾਂ 'ਤੇ ਨਾ ਜਾਓ, ਘਰੇ ਰਹੋ। ਸੋ ਇਹਦੇ ਨਾਲ ਕੀ ਹੋਇਆ ਕਿ ਜਿਹੜੇ ਕੈਨੇਡੀਅਨਸ ਅਫੈਕਟ ਹੋ ਰਹੇ ਆ, ਮੇਕ ਸ਼ੋਰ ਕਰਨਾ ਸੀ ਕਿ ਉਹਨਾਂ ਦਾ ਜਿਹੜਾ ਜੀਵਨ ਹੈਗਾ ਉਹ ਜਿਹੜਾ ਚੱਲ ਸਕੇ, ਆਪਣੇ ਫੂਡ ਉਹਨਾਂ ਦੇ ਟੇਬਲ 'ਤੇ ਹੋ ਸਕੇ, ਬੱਚਿਆਂ ਦੀਆਂ ਜਿਹੜੀਆਂ ਉਹ ਲੋੜਾਂ, ਸੀਨੀਅਰ ਨੂੰ ਆਪਦੀਆਂ ਲੋੜਾਂ। ਸੋ ਉਸ ਲਈ ਕੀ ਕੀਤਾ ਕਿ ਅਸੀਂ ਜਿਹੜਾ ਸੀਗਾ $82 ਬਿਲੀਅਨ ਦਾ ਪਹਿਲਾਂ ਪੈਕੇਜ ਪਾਇਆ ਸੀ, ਹੁਣ ਹੋਰ ਵੀ ਜਿਹੜੇ ਪੈਸੇ ਆ ਉਹ ਜਿਹੜੇ ਅਸੀਂ ਉਹ ਵਧਾ ਰਹੇ ਹਾਂ। ਉਹਦੇ ਵਿੱਚ ਕੀ ਹੈਗਾ ਕਿ ਚਾਹੇ ਕੋਈ ਵੀ ਇਨਸਾਨ ਜਿਹੜਾ ਉੱਥੇ ਚਲੇ ਜਾਵੇ ਜਿਹੜਾ ਇੱਥੋਂ ਇਫੈਕਟ ਹੋਇਆ ਹੈਗਾ ਕੋਵਿਡ ਤੋਂ, ਉਹਨੇ ਇਹ ਨਹੀਂ ਦੱਸਣ ਦੀ ਲੋੜ ਵੀ ਅੱਜ ਉਹਨੂੰ ਮੈਡੀਕਲ ਦੀ ਲੋੜ ਆ ਜਾਂ ਕੁਛ ਹੋਰ ਆ, ਉਹ ਜਾ ਕੇ ਉੱਥੇ ਅਪਲਾਈ ਕਰਨਗੇ ਇੱਕ ਸਿੱਧੀ ਚਿੱਠੀ ਜਿਹੜੀ ਆ ਉਸ 'ਤੇ, ਅਤੇ ਉਹਨਾਂ ਨੂੰ $500 ਵੀਕ ਜਿਹੜਾ ਹੈਗਾ, 2000 ਮਹੀਨਾ ਉਹ ਆਉਣਾ ਸ਼ੁਰੂ ਹੋ ਜਾਣਾ। ਔਰ ਚਾਇਲਡ ਕੇਅਰ ਬੈਨੀਫਿਟ, ਜਿਹੜੇ ਬੱਚਿਆਂ ਨੂੰ ਅੱਗੇ ਕੈਨੇਡਾ ਚਾਇਲਡ ਬੈਨੀਫਿਟ ਆ ਰਿਹਾ ਸੀਗਾ ਉਹਦੇ ਵਿੱਚ ਅਪਟੂ $300 ਜਿਹੜਾ ਹੈਗਾ ਸੀ ਉਹ ਉਹਨਾਂ ਦਾ ਵਾਧਾ ਕਰ ਦੇਣਾ, ਜਿਹਦੇ ਨਾਲ ਤਕਰੀਬਨ 3.5 ਮਿਲੀਅਨ ਫੈਮਿਲੀ ਜਿਹੜੀਆਂ ਉਹਦਾ ਉਹਨਾਂ ਨੂੰ ਹੈਲਪ ਹੋਣੀ ਹੈਗੀ। GST ਰਿਬੇਟ ਮੈਂ ਪਹਿਲਾਂ ਦੱਸਿਆ, ਸੀਨੀਅਰਸ ਨੂੰ ਖਾਸ ਕਰਕੇ ਉਹਦਾ ਫਾਇਦਾ ਹੋਣਾ ਹੈਗਾ। ਸਟੂਡੈਂਟ ਲੋਨ ਸੀਗੇ ਉਹ 6 ਮਹੀਨੇ ਲਈ ਉਹਨਾਂ ਦੀਆਂ ਜਿਹੜੀਆਂ ਪੇਮੈਂਟਸ ਆ ਉਹ ਡੈਫਰ ਕਰ ਦਿੱਤੀਆਂ, ਤਾਂ ਕਿ ਉਹਦੇ ਨਾਲ ਤਕਰੀਬਨ ਹਰ ਇੱਕ ਸਟੂਡੈਂਟ ਨੂੰ $160 ਜਿਹੜਾ ਪਰ ਜਿਹੜਾ ਮੰਥ ਆ ਉਹ ਫਾਇਦਾ ਹੋਣ ਜਾ ਰਿਹਾ। ਉਹਦੇ ਨਾਲ ਹੀ ਜਿਹੜੇ ਸਮਾਲ ਬਿਜ਼ਨਸ ਹੈਗੇ ਉਹ ਵੀ ਜ਼ਰੂਰੀ ਹੈ, ਉਹਨਾਂ ਨੂੰ ਕਿਹਾ ਕਿ ਤੁਹਾਨੂੰ ਅਸੀਂ ਵੇਜ ਸਬਸਿਡੀ ਜਿਹੜੀ ਆ ਉਹ ਦੇਵਾਂਗੇ ਜਿਹੜੀ ਹੈਗੀ 10%। ਸੋ ਇਹ ਕੁਛ ਕੁ ਬੈਨੀਫਿਟ ਨੇ। ਫਿਰ ਉਹਨਾਂ ਦੀ ਟੈਕਸ ਫਾਈਲਿੰਗ ਸਾਰੇ ਕੈਨੇਡੀਅਨ ਦਾ ਕਹਿ ਤਾ ਵੀ June 1 ਹੈਗਾ, ਅਤੇ ਜਿਹੜਾ ਉਹ ਜੇ ਕੋਈ ਟੈਕਸ ਉਹ ਕਰਦਾ ਹੈਗਾ ਉਹ 31 ਜਿਹੜਾ ਵਾ ਅਗਸਤ ਤਾਈਂ ਉਹਨਾਂ ਨੂੰ ਦੇਣ ਦੀ ਗੱਲ ਕੀਤੀ ਗਈ ਹੈ। ਸੋ ਜਿਹੜੇ ਸਾਰੇ ਬੈਨੀਫਿਟਸ ਦੇਖਦੇ ਹਾਂ ਇਹ ਜਿਹੜੇ ਨੇ, ਚਾਹੇ ਇਹ ਹਜੇ ਚਾਹੇ ਥੋੜ੍ਹੀ ਚੀਜ਼ ਹੈ ਪਰ ਐਟਲੀਸਟ ਲੋਕਾਂ ਦੀ ਮਦਦ ਜਿਹੜੀ ਆ ਉਹ ਕਰ ਰਹੇ ਹਾਂ। ਜਿਵੇਂ ਕਿ ਅਸੀਂ ਦੇਖਿਆ ਕਿ ਵੀ ਜਿਵੇਂ MPs ਨੇ ਜਾਂ MLAs ਨੇ ਜਾਂ ਗਵਰਨਮੈਂਟ ਅਫੀਸ਼ਲਸ ਨੇ ਜਿਹੜੇ ਉਹ ਲੋਕਾਂ ਦੇ ਵਿੱਚ ਵਿਚਰਦੇ ਆ ਅਤੇ ਕਈ ਵਾਰ ਉਹ ਪ੍ਰਭਾਵਿਤ ਹੋ ਜਾਂਦੇ, ਜਿਵੇਂ ਆਪਾਂ ਦੇਖਿਆ ਕੋਮਲ ਜੀ ਪ੍ਰਭਾਵਿਤ ਹੋਏ ਨੇ ਜਿਹੜੇ ਆਪਣੇ MP ਹੈ ਨਾ, ਅਤੇ ਐਜ਼ ਆ MP ਔਰ ਐਜ਼ ਆ ਗਵਰਨਮੈਂਟ ਦੇ ਤੁਸੀਂ ਨੁਮਾਇੰਦੇ ਹੋਣ ਦੇ ਤੌਰ 'ਤੇ ਤੁਸੀਂ ਕੀ ਪ੍ਰਕੋਸ਼ਨ ਅਪਣਾ ਰਹੇ ਹੋ? ਦੇਖੋ, ਮੈਂ ਆਪਣੇ ਆਪ ਨੂੰ ਸੋਸ਼ਲ ਡਿਸਟੈਂਸ ਜਿਹੜਾ ਵਾ ਉਹ ਮੇਨਟੇਨ ਕਰ ਰਿਹਾ ਹੈਗਾ, ਘਰੋਂ ਰਨ ਕਰ ਰਿਹਾ ਬੈਠਾ, ਪਰ ਕਰ ਰਿਹਾ ਰਾਊਂਡ ਦੀ ਕਲੋਕ 24 ਘੰਟੇ ਜਿਹੜਾ ਮੇਰਾ ਫੋਨ ਬੰਦ ਨਹੀਂ ਗਾ, ਮੇਰਾ ਸੈੱਲ ਫੋਨ ਇੱਕੋ ਇੱਕ ਮੈਂ ਕਹਿੰਦਾ ਮੈਂ ਪ੍ਰਾਊਡ ਮਹਿਸੂਸ ਕਰਦਾ ਕਿ ਸਾਰੀ ਦੁਨੀਆ ਨੂੰ ਮੈਂ ਆਪਣਾ ਸੈੱਲ ਫੋਨ ਦਿੱਤਾ ਹੋਇਆ, ਇੱਕ ਈਮੇਲ ਕ੍ਰੀਏਟ ਕੀਤੀ ਹੋਈ MP@sukhtaliwal.ca, ਕੋਈ ਮੈਨੂੰ ਵਟਸਐਪ 'ਤੇ ਮੈਸੇਜ ਕਰ ਸਕਦਾ, ਕਿਉਂਕਿ ਜਿਹੜਾ ਵੀ ਇਸ ਵੇਲੇ ਸਿਚੁਏਸ਼ਨ ਕਿਸੇ ਦੀ ਦੁਨੀਆ ਦੇ ਵਿੱਚ ਉਹਨੂੰ ਇਸ ਵੇਲੇ ਕੈਨੇਡੀਅਨ ਲੋੜ ਆ, ਤਾਂ ਕਿ ਉਹ ਮੇਰੇ ਥਾਈਂ ਪਹੁੰਚ ਕਰ ਸਕੇ। ਮੇਰਾ ਸਟਾਫ ਕੀ ਪ੍ਰਕਾਸ਼ਨ ਲਏ ਆ ਕਿ ਅਸੀਂ ਆਫਿਸ ਦਾ ਡੋਰ ਬੰਦ ਕਰਤਾ ਪਰ ਆਫਿਸ ਬੰਦ ਨਹੀਂ ਕੀਤਾ, ਸਟਾਫ ਜਿਹੜਾ ਹੈਗਾ ਅੱਡੋ ਅੱਡ ਰੂਮਸ ਦੇ ਵਿੱਚ ਬਹਿ ਕੇ ਤਾਂ ਕਿ ਉਹ ਆਪਣਾ ਸੋਸ਼ਲੀ ਡਿਸਟੈਂਸ ਰੱਖ ਸਕਣ ਉਹ ਜਿਹੜੇ ਕੈਨੇਡੀਅਨ, ਕਿਉਂਕਿ ਇਸ ਵੇਲੇ ਮੈਂ ਇਹ ਨੋਟਿਸ ਕੀਤਾ ਕਿ ਅੱਗੇ ਨਾਲੋਂ ਵੀ ਜ਼ਿਆਦਾ ਲੋੜ ਹੈਗੀ ਆ। ਇਸ ਚੀਜ਼ ਦਾ ਸਾਨੂੰ ਤੁਹਾਡੇ 'ਤੇ ਪ੍ਰਾਊਡ ਹੈ, ਕਿਉਂਕਿ ਅਸੀਂ ਦੇਖੀਏ ਕਿ ਵੀ ਤੁਹਾਨੂੰ ਅਸੀਂ ਇੱਕ ਵਾਰੀ ਮੈਸੇਜ ਕੀਤਾ, ਤੁਹਾਨੂੰ ਅਸੀਂ ਵਿਚਾਰ ਕਰਨੇ ਚਾਹੁੰਦੇ ਹਾਂ, ਤੁਸੀਂ ਸਾਨੂੰ ਰਾਈਟ ਵੇ ਟਾਈਮ ਦਿੱਤਾ। ਅਤੇ ਇੱਕ ਦੋ ਗੱਲਾਂ ਹੋਰ ਪੁੱਛਣੀ ਸੀ, ਜਿਵੇਂ ਕਿ ਆਪਾਂ ਜਿੱਥੇ ਵੀ ਆਪਾਂ ਟੂਡੋ ਸਾਹਿਬ ਦਾ ਵੀ ਜੇ ਆਪਾਂ ਸੁਣੀਏ ਇੰਟਰਵਿਊ ਜਾਂ ਕਿਸੇ ਦਾ ਵੀ ਇੰਟਰਵਿਊ ਸੁਣੀਏ, ਸਾਰੇ ਕਹਿ ਰਹੇ ਕੈਨੇਡੀਅਨਸ। ਤੁਸੀਂ ਇੱਥੇ ਥੋੜ੍ਹੇ ਕਲੀਅਰ ਕਰੋ ਕਿ ਸਾਡੇ ਕੋਲ ਸਵਾਲ ਆ ਰਹੇ ਨੇ ਕਈ, ਕੈਨੇਡੀਅਨਸ ਮਤਲਬ ਜਿਹੜੇ ਕੈਨੇਡੀਅਨ PR ਅਤੇ ਸਿਟੀਜ਼ਨ ਨੇ, ਜਾਂ ਫਿਰ ਜਿਹੜੇ ਇਸ ਵੇਲੇ ਕੈਨੇਡਾ ਵਿੱਚ ਵਰਕ ਪਰਮਿਟ 'ਤੇ ਨੇ ਜਾਂ ਸਟੂਡੈਂਟ ਵੀਜ਼ੇ 'ਤੇ ਨੇ, ਉਹਨਾਂ ਦਾ ਕੀ ਹੋਏਗਾ? ਦੇਖੋ, ਪਹਿਲਾਂ ਤਾਂ ਕੈਨੇਡੀਅਨ ਜਿਹੜੇ ਪਰਮਾਨੈਂਟ ਰੈਜੀਡੈਂਟ ਅਤੇ ਕੈਨੇਡੀਅਨ ਜਿਹੜੇ ਆ ਉਹਨਾਂ ਨੂੰ ਅਸੀਂ ਕੈਨੇਡੀਅਨਸ ਤਾਂ ਕਹਿੰਦੇ ਹਾਂ, ਪਰ ਉਹਦੇ ਨਾਲ ਜਿਹੜੇ ਤੁਸੀਂ ਉਹ ਜਿਹੜੇ ਬੈਨੀਫਿਟ ਕਹਿ ਰਹੇ ਨਾ ਆਪਾਂ 2000 ਵਾਲਾ, ਉਹਦੇ ਵਿੱਚ ਅਸੀਂ ਇਹ ਨਹੀਂ ਦੇਖ ਰਹੇ ਵੀ ਉਹ ਸਟੂਡੈਂਟ ਪਰਮਿਟ 'ਤੇ ਆ ਜਾਂ ਉਹ ਵਰਕ ਪਰਮਿਟ 'ਤੇ ਆ। ਜੇ ਉਹਨਾਂ ਨੇ ਪਿਛਲੇ ਸਾਲ ਕੰਮ ਕੀਤਾ ਇੱਥੇ ਤਾਂ ਉਹ ਇਸ ਤੋਂ ਪ੍ਰਭਾਵਿਤ ਹੋਏ ਆ,
ਤਾਂ ਉਹਨਾਂ ਨੂੰ ਬਿਨਾਂ ਕਿਸੇ ਕੁਐਸਚਨ ਦੇ ਉਹਨਾਂ ਦੀ ਵੀ ਜਿਹੜੀ ਆ ਉਹ ਹੈਲਪ ਕੀਤੀ ਜਾਊਗੀ $500 ਪਰ ਵੀਕ ਤੱਕ। ਕਿਉਂਕਿ ਜਿੱਥੇ ਵੀ ਆਪਾਂ ਸੁਣਿਆ ਤਾਂ ਕੈਨੇਡੀਅਨ ਹੀ ਕਿਹਾ ਗਿਆ ਸੀ, ਹੈ ਨਾ, ਕਿਉਂਕਿ ਜਿਹੜੇ ਬੱਚੇ ਹਾਲੇ ਸਟੱਡੀ ਕਰ ਰਹੇ ਉਹ ਸਟੂਡੈਂਟਸ ਕਹਾਉਂਦੇ ਨੇ, ਜਿਹੜੇ ਵਰਕ ਪਰਮਿਟ ਅਤੇ ਵਰਕ ਪਰਮਿਟ 'ਤੇ ਨੇ ਉਹ ਬੰਦੇ ਕੈਨੇਡੀਅਨ ਨਹੀਂ ਹੈਗੇ ਹਾਲੇ, ਅਤੇ ਉਹਨਾਂ ਨੂੰ ਨਹੀਂ ਪਤਾ ਕਿ ਉਹ ਕਿੱਥੋਂ ਦੀਆਂ ਸਹੂਲਤ ਲੈ ਸਕਦੇ ਆ, ਕਿਉਂਕਿ ਬਹੁਤ ਸਾਰੇ ਕਾਮਿਆਂ ਨੇ ਉਹਨਾਂ ਨੂੰ ਕਹਿਤਾ ਵੀ ਘਰ ਬੈਠੋ, ਲੇ ਆਫ ਨਹੀਂ ਕੀਤਾ ਲੇਕਿਨ ਘਰ ਬਿਠਾ ਤਾ, ਘਰ ਬਿਠਾ ਤਾ, ਹੁਣ ਕੰਮ ਨਹੀਂ ਕਰ ਰਹੇ, ਉਹ ਆਪਣਾ ਗੁਜ਼ਾਰਾ ਕਿੱਥੋਂ ਕਰਨਗੇ, ਭਾਵੇਂ ਪਿਛਲੇ ਕਈ ਸਾਲਾਂ ਤੋਂ ਉਹ ਟੈਕਸ ਪੇ ਕਰ ਰਹੇ ਨੇ, ਟੈਕਸ ਪੇ ਨੇ, ਸੋ ਇਹਦਾ ਮਤਲਬ ਕਿ ਜੋ ਟੈਕਸ ਪੇਈ ਨੇ ਜਿਨ੍ਹਾਂ ਨੇ ਪਿਛਲੇ ਕਈ ਸਾਲਾਂ ਵਿੱਚ ਟੈਕਸ ਪੇ ਕੀਤਾ ਹੈ ਜਾਂ ਇੱਕ ਸਾਲ ਪਹਿਲਾਂ ਟੈਕਸ ਪੇ ਕੀਤਾ ਹੈ ਉਹਨਾਂ ਨੂੰ ਵੀ ਇਹ ਸਹੂਲਤਾਂ ਮਿਲਣਗੀਆਂ। ਬਿਲਕੁਲ ਸਹੀ ਗੱਲ ਆ ਜਿਹੜੀ ਤੁਸੀਂ ਕਹੀ ਆ, ਇਹ ਬਿਲਕੁਲ ਜਿਹੜੀ ਕਹਿੰਦੇ ਨੇ ਮੇਖ ਦੇ ਸਿਰ 'ਤੇ ਸੋਟਾ ਮਾਰਨ ਵਾਲੇ, ਕਿਉਂਕਿ ਤੁਸੀਂ ਕਿਹਾ ਵੀ ਹੁਣ ਪਿਛਲੇ ਸਾਲ ਉਹਨਾਂ ਨੇ ਕੰਮ ਕੀਤਾ, ਜਦੋਂ ਬਿੱਲ ਪਾਸ ਹੋ ਰਿਹਾ ਸੀ ਉਹਦੇ ਵਿੱਚ ਵਾਰ ਵਾਰ ਕੁਐਸਚਨ ਪੁੱਛਿਆ ਜਾ ਰਿਹਾ ਸੀ ਵੀ ਇਹ ਜਿਹੜਾ ਤੁਸੀਂ ਸਵਾਲ ਉਠਾਇਆ ਵੀ ਇਹਦਾ ਕੀ ਬਣੂ, ਉਹਦਾ ਕਲੀਅਰ ਆਂਸਰ ਦਿੱਤਾ ਕਿ ਜੇ ਪਿਛਲੇ ਸਾਲ ਕਿਸੇ ਨੇ $5,000 ਥਾਈਂ ਕੰਮ ਕੀਤਾ, ਕੋਈ ਪ੍ਰੂਫ ਨਹੀਂ ਦੱਸਣ ਦੀ ਲੋੜ, ਜਾ ਕੇ ਦੱਸ ਦੇਣਾ ਵੀ ਮੈਂ $5,000 ਥਾਈਂ ਕੰਮ ਕੀਤਾ, ਉਸ ਨੂੰ ਜਦੇ ਜਿਹੜਾ ਬੈਨੀਫਿਟ ਆ ਉਹ ਲੱਗ ਜੂ, ਉਹਨੂੰ ਵੇਟ ਕਰਨ ਦੀ ਲੋੜ ਨਹੀਂ। ਸੋ ਉਹ ਜਿਹੜੇ ਵਰਕ ਪਰਮਿਟ ਵਾਲੇ ਆ ਉਹਨਾਂ ਨੂੰ ਵੀ ਵਰੀ ਕਰਨ ਦੀ ਲੋੜ ਨਹੀਂ, ਉਹਨਾਂ ਦੀ ਵੀ ਸਹਾਇਤਾ ਜਿਹੜੀ ਆ ਅਸੀਂ ਕਰ ਰਹੇ ਹਾਂ, ਕਿਉਂ ਉਹ ਵੀ ਇਕਾਨਮੀ ਦਾ ਪਾਰਟ ਨੇ ਨਾ ਅੱਜ, ਕਿਉਂਕਿ ਅੱਜ ਉਹਨਾਂ ਨੂੰ ਟੈਂਪਰੇਰੀ ਘਰੇ ਬਹਿਣਾ ਪੈ ਗਿਆ, ਕੱਲ੍ਹ ਨੂੰ ਫਿਰ ਉਹਨਾਂ ਨੇ ਬਿਜ਼ਨਸ ਜਿਨ੍ਹਾਂ ਲਈ ਕੰਮ ਕਰਦੇ ਆ ਉਹ ਬਿਜ਼ਨਸ ਦੇ ਕੰਮ 'ਤੇ ਵਾਪਸ ਜਾਣਾ, ਤਾਂ ਉਹ ਸਾਡੀ ਕੈਨੇਡਾ ਦੀ ਇਕਾਨਮੀ ਜਿਹੜੀ ਆ ਉਸ ਨੂੰ ਸਸਟੇਨ ਕਰਨਾ। ਬਹੁਤ ਵਧੀਆ ਜੀ, ਅਤੇ ਇਹਦੇ ਨਾਲ ਨਾਲ ਆਪਾਂ ਜਿਵੇਂ ਗੱਲ ਕਰੀਏ ਕਿ ਵੀ ਇੱਕ ਬਹੁਤ ਵੱਡੀ ਤਰਾਸ਼ਦੀ ਹੋਈ ਕਿ ਹਟੀ ਹੈ, ਇੱਕ ਟਾਈਮ 'ਤੇ ਖਾਲਸੇ ਦੀ ਧੂਤੀ ਬੋਲਦੀ ਸੀ, ਇੱਕ ਥਾਂ 'ਤੇ ਖਾਲਸੇ ਦਾ ਪੂਰਾ ਡੰਕਾ ਵੱਜਦਾ ਸੀਗਾ, ਅੱਜ ਉਸ ਥਾਂ 'ਤੇ ਖਾਲਸਾ ਜਾਂ ਸਿੱਖ ਜਾਂ ਇੰਡੀਅਨ ਕਮਿਊਨਿਟੀ ਰਹਿ ਵੀ ਨਹੀਂ ਪਾ ਰਹੀ, ਚੋਰੀ ਛੁਪੇ ਜਾਂ ਆਪਣਾ ਮੁਸ਼ਕਿਲਾਂ ਨਾਲ ਰਹਿ ਪਾ ਰਹੀ ਹੈ, ਜਿਵੇਂ ਆਪਾਂ ਦੇਖੀਏ ਹੁਣ ਪਿਛਲੇ ਬੰਬ ਬਲਾਸਟ ਹੋਇਆ ਕਾਬੁਲ ਵਿਖੇ, ਉਹਦੇ ਵਾਸਤੇ ਕੈਨੇਡਾ ਕੀ ਕਰ ਰਿਹਾ? ਦੇਖੋ ਕਾਬੁਲ ਦੇ ਵਿੱਚ ਜੋ ਹੋਇਆ ਉਹ ਬਹੁਤ ਮਤਭਾਗੀ ਘਟਨਾ ਹੈਗੀ ਆ, ਠੀਕ ਹੈ ਨਾ, ਉਹਦੇ ਬਾਰੇ ਅੱਜ ਜਿਹੜਾ ਸੀ ਸਾਡੇ ਮੰਤਰੀ ਨਵਦੀਪ ਬੈਂਸ ਆ ਉਹਨਾਂ ਨੇ ਮੇਰੀ ਇਸ ਗੱਲ 'ਤੇ ਪਰਸਨਲੀ ਇਸ਼ੂ 'ਤੇ ਗੱਲਬਾਤ ਹੋਈ, ਉਹ ਵੀ ਇਸ ਬਾਰੇ ਬਹੁਤ ਜਿਹੜੇ ਨੇ ਉਹ ਨਵਦੀਪ ਹੋਣੀ ਜਿਹੜੇ ਨੇ ਉਹ ਚਿੰਤਿਤ ਹੈਗੇ ਆ, ਔਰ ਇਹ ਵੀ ਆ ਕਿ ਉਹਨਾਂ ਦੇ ਨਾਲ ਸਾਡੀ ਈਮੇਲ ਜਿਹੜੀ ਆ ਸਾਡੇ ਮੰਤਰੀ ਸੱਜਣ ਨੇ ਉਹਨਾਂ ਨਾਲ ਵੀ ਇਸ ਗੱਲ 'ਤੇ ਸਾਡੀ ਈਮੇਲ ਦੇ ਥਰੂ ਗੱਲਬਾਤ ਹੋਈ, ਉਹ ਵੀ ਜਿਹੜਾ ਵਾ ਇਸ ਗੱਲ ਤੋਂ ਚਿੰਤਿਤ, ਔਰ ਇਹ ਜਿਹੜੀ ਵਿਸ਼ਾ, ਕਿਉਂਕਿ ਅਸੀਂ ਜਦੋਂ ਐਜ਼ ਕੈਨੇਡੀਅਨ ਦੇਖਦੇ ਹਾਂ ਨਾ, ਕਿਉਂਕਿ ਇੱਥੇ ਹਰ ਇੱਕ ਧਰਮ ਨੂੰ ਬਰਾਬਰਤਾ ਦਿੱਤੀ ਗਈ ਹੈ, ਕਿਉਂਕਿ ਕੈਨੇਡਾ ਦੀ ਬਿਊਟੀ ਕੀ ਹੈ ਕਿ ਜਿਹੜਾ ਚਾਰਟਰ ਆਫ ਇੰਡੀਵਿਜੁਅਲ ਰਾਈਟਸ, ਇਨਫੈਕਟ ਇਕੱਲੇ ਧਰਮ ਦੀ ਵੀ ਨਾ ਗੱਲ ਕਰੀਏ, ਇੱਕ ਇੰਡੀਵਿਜੁਅਲ ਦੇ ਰਾਈਟਸ ਦੀ ਗੱਲ ਕਰਦੇ ਹੈਗੇ ਹਾਂ, ਤਾਂ ਉਹ ਜਿਹੜੇ ਨੇ ਕੈਨੇਡਾ ਦੇ ਕਾਂਸਟੀਟਿਊਸ਼ਨ 'ਚ ਇਨਸ਼ਰਾਈਨ ਕੀਤੇ ਅਸੀਂ ਕਿਉਂ ਬਾਹਲੇ ਇਸ ਇਹਨਾਂ ਦੇਸ਼ਾਂ 'ਚ ਇਸ ਦੇਸ਼ 'ਚ ਆਏ ਸੀ, ਕਿਉਂ ਜਦੋਂ ਬਰਾਬਰਤਾ ਦੀ, ਜਸਟਿਸ ਦੀ, ਇਕੁਆਲਿਟੀ ਦੀ ਗੱਲ ਕਰਦੇ ਹਾਂ ਉਹ ਇੱਥੇ ਬਰਕਰਾਰ ਹੈਗੀ, ਜਦੋਂ ਇਹੋ ਜਿਹੀ ਕਾਬਲ ਦੇ ਵਿੱਚ ਜੋ ਅਸੀਂ ਅੱਜ ਦੇਖਿਆ ਕਿ ਸਾਡੇ ਰਿਲੀਜੀਅਸ ਪਲੇਸ ਜਿਹੜੇ ਆ ਉਹਨਾਂ 'ਤੇ ਹਮਲੇ ਹੋਣ, ਇਹ ਮੈਂ ਸੋਚਦਾ ਕਿ ਬਹੁਤ ਇਹ ਕੋਈ ਜਿਹੜੀ ਹਿਊਮੈਨਿਟੀ ਦਾ ਕੰਮ ਨਹੀਂ। ਮੁਸਲਿਮ ਕਮਿਊਨਿਟੀ ਵੀ ਜੇ ਆਪਾਂ ਕਹੀਏ ਨਾ, ਕੋਈ ਨਹੀਂ ਇਹ ਕਹਿੰਦਾ, ਮੁਸਲਿਮ ਕਮਿਊਨਿਟੀ ਹੋਵੇ, ਹਿੰਦੂ ਹੋਵੇ, ਇਸਾਈ ਹੋਣ, ਹਰ ਬੰਦਾ ਇਹ ਕਹਿੰਦਾ ਕਿ ਜਿਹੜਾ ਕਿਸੇ ਦੇ ਧਰਮ 'ਤੇ ਹਮਲਾ ਕਰਨਾ ਇੱਕ ਇਨਸਾਨੀਅਤ ਵਾਲਾ ਕੰਮ ਨਹੀਂ। ਇਹ ਅੱਜ ਜਿਹੜਾ ਇਨਸਾਨੀਅਤ ਦਾ ਘਾਣ ਕੀਤਾ ਉਹਨਾਂ ਨੇ, ਇਸ ਗੱਲ ਦੀ ਪੂਰੀ ਨਿੰਦਾ ਕਰਦੇ ਹਾਂ, ਔਰ ਅਸੀਂ ਇਹ ਤੁਹਾਨੂੰ ਦੱਸ ਸਕਦੇ ਹਾਂ ਕਿ ਚੁਣੇ ਹੋਏ ਨੁਮਾਇੰਦੇ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ, ਮੰਤਰੀ ਬੈਂਸ, ਮੰਤਰੀ ਸੱਜਣ, ਅਤੇ ਮੈਂ ਆਪਸ ਵਿੱਚ ਅਸੀਂ ਇਹ ਤਾਲਮੇਲ ਕੀਤਾ ਸੀ ਕਿ ਵੀ ਇਹਦੇ ਬਾਰੇ ਵੀ ਸਾਨੂੰ ਕੋਈ ਨਾ ਕੋਈ ਸਟੈਪ ਜਿਹੜਾ ਅੱਗੇ ਚੁੱਕਣਾ ਪਊ। ਜਿਵੇਂ ਸੀਰੀਆ 'ਤੇ ਆਪਾਂ ਇੱਥੇ ਬੁਲਾਏ ਸੀ ਕਈ ਜਿਹੜੇ ਸ਼ਰਨਾਰਥੀ ਸੀਗੇ, ਸੋ ਮੈਂ ਹੋਪ ਕਰਦਾ ਕਿ ਜਿੰਨੇ ਵੀ ਆਪਣੇ ਪੰਜਾਬੀ ਨੁਮਾਇੰਦੇ ਨੇ ਜਿਹੜੇ ਸਰਕਾਰ ਨਾਲ ਕੰਮ ਕਰਦੇ ਨੇ, ਜਿਵੇਂ ਜਿੰਨੇ ਮਨਿਸਟਰ ਨੇ, MLA, MPs ਨੇ, ਉਹਨਾਂ ਵੱਲੋਂ ਆਪ ਜੀ ਕੁਛ ਕਰਨਾ ਚਾਹੋਗੇ ਫਿਊਚਰ ਦੇ ਵਿੱਚ ਕਿ ਵੀ ਜਿਹੜੇ ਵੀਰ ਉੱਥੇ ਫਸੇ ਹੋਏ ਨੇ, ਮੁਸ਼ਕਲਾਂ ਵਿੱਚ ਨੇ, ਉਹ ਕਿੱਦਾਂ ਇੱਥੇ ਆ ਸਕਣ? ਦੇਖੋ ਪਹਿਲਾਂ ਹੀ ਆਲਰੇਡੀ ਜਿਹੜੀ ਆ ਉਸ ਬਾਰੇ ਜਿਹੜੀ ਜਾਰੀ ਹੈਗੀ ਆ ਹਿੰਮਤ, ਉਹ ਮਿਸਟਰ ਭੁੱਲਰ ਸੀਗੇ, ਮਨਵੀਤ ਭੁੱਲਰ, ਉਹਨਾਂ ਨੇ ਮਨਵੀਤ ਭੁੱਲਰ ਟਰੱਸਟ ਬਣਾਇਆ ਸੀ। ਮੈਂ ਹਮੇਸ਼ਾ ਉਹਨਾਂ ਦਾ ਰਿਣੀ ਰਹੂੰਗਾ ਕਿ ਉਹਨਾਂ ਨੇ ਜਿਹੜੇ ਹਿੰਦੂਜ਼ ਐਂਡ ਸਿੱਖਸ ਜਿਹੜੇ ਅਫਗਾਨਿਸਤਾਨ ਦੇ ਵਿੱਚ ਬੈਠੇ ਸੀਗੇ ਕਿ ਕਿਸ ਤਰ੍ਹਾਂ ਉਹਨਾਂ ਨੂੰ ਆਪਾਂ ਕੱਢ ਕੇ ਲੈ ਕੇ ਆਉਣਾ, ਉਹ ਬਾਬਾ ਜੀ ਜਿਹੜੇ ਹਿੰਦੁਸਤਾਨ 'ਚ ਬੈਠੇ ਨੇ ਖੰਡੂਰ ਸਾਹਿਬ ਵਾਲੇ, ਉਹਨਾਂ ਦੇ ਥਰੂ ਜਿਹੜਾ ਹੈ ਉਹਨਾਂ ਨੇ ਹਿੰਦੁਸਤਾਨ 'ਚ ਪਹਿਲਾਂ ਲੈ ਕੇ ਆਉਂਦਾ, ਫਿਰ ਉੱਥੋਂ ਇੱਥੇ ਸਾਡੀ ਗੌਰਮੈਂਟ ਨੇ ਆਲਰੇਡੀ ਜਿਹਨੂੰ ਕਈ ਸਾਲ ਲੱਗ ਸਕਦੇ ਸੀ ਉਹ ਕੰਮ ਜਿਹੜਾ ਸੀ ਉਹ ਦਿਨਾਂ 'ਚ ਜਿਹੜਾ ਸੀਗਾ ਉਹ ਅਸੀਂ ਕੀਤਾ। ਪਿੱਛੇ ਮੰਤਰੀ ਅਹਿਮਦ ਸੀਗੇ ਜਿਹੜੇ ਹੁਸੈਨ, ਉਹਨਾਂ ਨੇ ਲੈ ਕੇ ਆਉਂਦੀਆਂ ਸੀ ਇੱਥੇ ਫੈਮਿਲੀ ਜਿਹੜੀਆਂ ਹਿੰਦੂ ਐਂਡ ਸਿੱਖ ਫੈਮਿਲੀ ਸੀਗੀਆਂ, ਔਰ ਉਹ ਅੱਜ ਦੇਖਦੇ ਹਾਂ ਉਹ ਸਾਰੇ ਕੰਮ ਕਰ ਰਹੇ ਨੇ ਬੜੇ ਖੁਸ਼ੀ ਨਾਲ ਇੱਥੇ ਜੀਵਨ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਪੂਰੀ ਆਸ ਆ ਕਿ ਆ ਕੋਵਿਡ ਸਿਚੁਏਸ਼ਨ ਤੋਂ ਰਾਈਟ ਆਫਟਰ ਜਿਹੜਾ ਹੈਗਾ ਇਹ ਇਸ਼ੂ ਜਿਹੜਾ ਹੈਗਾ ਮੰਤਰੀ ਜਿਹੜੇ ਸਾਡੇ ਇਮੀਗ੍ਰੇਸ਼ਨ ਵਾਲੇ ਉਹਨਾਂ ਨਾਲ ਅਸੀਂ ਫੇਰ ਕਰਾਂਗੇ ਤਾਂ ਕਿ ਜਿਹੜੀਆਂ ਰਹਿੰਦੀਆਂ ਫੈਮਿਲੀਜ਼ ਹੈਗੀਆਂ ਉਹ ਕਿਸ ਤਰੀਕੇ ਨਾਲ ਆਪਾਂ ਉਹਨਾਂ ਨੂੰ ਉੱਥੋਂ ਕੱਢ ਸਕਦੇ ਹਾਂ। ਤੁਹਾਡਾ ਕੀ ਵਿਚਾਰ ਹੈ, ਕਿੰਨਾ ਟਾਈਮ ਲੱਗੇਗਾ ਸਿਚੁਏਸ਼ਨ ਤੋਂ ਕੈਨੇਡਾ ਨੂੰ ਬਾਹਰ ਆਉਣ ਵਾਸਤੇ?
ਦੇਖੋ ਇਹ ਚੀਜ਼ ਨੂੰ ਬੜਾ ਪ੍ਰੋਡਿਕਟ ਕਰਨਾ ਔਖਾ ਹੈਗਾ। ਫਾਈਨੈਂਸ ਮਿਨਿਸਟਰ ਅਤੇ ਪ੍ਰਾਈਮ ਮਿਨਿਸਟਰ ਐਵਰੀ ਡੇ ਕਹਿ ਰਹੇ ਆ ਵੀ ਇੱਕ ਸਟੈਪ ਇੱਕ ਐਟ ਏ ਟਾਈਮ ਆ, ਇੱਕ ਦਿਨ ਐਟ ਏ ਟਾਈਮ ਉਹ ਜਿਹੜਾ ਅਸੀਂ ਕਰ ਰਹੇ ਹਾਂ। ਜਿਸ ਤਰੀਕੇ ਦੇ ਨਾਲ ਸਾਨੂੰ ਸਾਡੇ ਹੈਲਥ ਪ੍ਰੋਫੈਸ਼ਨਲ, ਅਸੀਂ ਬਹੁਤ ਫਾਰਚੂਨੇਟ ਹੈਗੇ ਐਜ਼ ਕਨੇਡੀਅਨ ਕਿ ਸਾਡਾ ਜਿਹੜਾ ਹੈਲਥ ਕੇਅਰ ਸਿਸਟਮ ਹੈਗਾ ਦਿਸ ਇਜ਼ ਪ੍ਰੋਬਲੀ ਵਨ ਆਫ ਦਾ ਬੈਸਟ ਇਨ ਦਾ ਵਰਲਡ, ਠੀਕ ਹੈ ਨਹੀਂ। ਔਰ ਦੂਸਰਾ ਸਾਡੀ ਜਿਹੜੀ ਏਜੰਸੀ ਹੈਗੀ ਆ ਹੈਲਥ ਏਜੰਸੀ, ਉਹ ਜਿਹੜੀ ਆ ਉਹ ਬਹੁਤ ਵਧੀਆ ਰੋਲ ਅਦਾ ਕਰ ਰਹੀ ਪਬਲਿਕ ਹੈਲਥ ਵਾਲੇ। ਸੋ ਉਹ ਜਿਸ ਤਰੀਕੇ ਨਾਲ ਐਕਸਪਰਟਸ ਜਿਹੜੇ ਨੇ ਉਹ ਪ੍ਰਾਈਮ ਮਿਨਿਸਟਰ ਨੂੰ ਔਰ ਮਿਨਿਸਟਰੀ ਨੂੰ ਜਿਹੜਾ ਉਹ ਗਾਈਡ ਕਰ ਰਹੇ ਨੇ ਸਾਇੰਟੀਫਿਕ ਫੈਕਟਸ ਦੇ ਬੇਸ 'ਤੇ, ਉਸੇ ਤਰ੍ਹਾਂ ਸਾਡੀ ਗੌਰਮੈਂਟ ਜਿਹੜੀ ਆ ਉਹ ਕੋਸ਼ਿਸ਼ ਕਰ ਰਹੀ ਆ ਕਿ ਅਸੀਂ ਦਿਨ ਪਰ ਦਿਨ ਜਿਹੜੇ ਨੇ ਐਸੇ ਸਟੈਪ ਲਈਏ ਤਾਂ ਕਿ ਜਿਹੜੇ ਲੋਕ ਕੈਨੇਡਾ ਵਿੱਚ ਰਹਿ ਰਹੇ ਨੇ, ਕਿਉਂਕਿ ਤੁਸੀਂ ਪਹਿਲਾਂ ਕੈਨੇਡੀਅਨ ਦੀ ਗੱਲ ਕੀਤੀ ਵੀ ਕੈਨੇਡਾ ਦੇ ਵਿੱਚ ਵੀ ਰਹਿ ਰਹੇ ਨੇ, ਅਸੀਂ ਕਿਸ ਤਰੀਕੇ ਨਾਲ ਜਿਹੜੀ ਆ ਉਹਨਾਂ ਦੀ ਮਦਦ ਕਰ ਸਕਦੇ ਹਾਂ। ਕਿਉਂਕਿ ਇੱਕ ਗੱਲ ਸਾਹਮਣੇ ਆਉਂਦੀ ਹੈ ਕਿ ਬੀਸੀ ਜਿਹੜਾ ਇਸ ਵੇਲੇ ਅਨਫੋਰਚੁਨੇਟਲੀ ਸਭ ਤੋਂ ਵੱਧ ਜਿਹੜਾ ਨੰਬਰ 1 ਅਤੇ ਆਲਮੋਸਟ ਕੈਨੇਡਾ ਵਿੱਚ ਆ ਚੁੱਕਿਆ ਹੋਇਆ, ਜਿਹਦੇ ਵਿੱਚ ਵਲਨਰੇਬਲ ਪੀਪਲ ਜ਼ਿਆਦਾ ਨੇ ਅਤੇ ਜ਼ਿਆਦਾ ਕੇਸ ਸਾਹਮਣੇ ਆ ਰਹੇ ਨੇ, ਡੈਥਸ ਹੋ ਰਹੀਆਂ ਨੇ। ਅਸੀਂ ਦੇਖ ਰਹੇ ਹਾਂ ਲੋਕ ਹਾਲੇ ਵੀ ਪਾਰਕਾਂ ਦੇ ਵਿੱਚ ਤੁਰੇ ਫਿਰਦੇ, ਹੱਥ 'ਚ ਪਾ ਕੇ ਜਿਵੇਂ ਪਿਕਨਿਕ ਆਏ ਹੁੰਦੇ ਆ। ਜੇ ਕੋਈ ਬੰਦਾ ਆਪਣੇ ਕੰਮ ਤੋਂ ਕਿਸੇ ਨੇ ਕਿਹਾ ਤਾਂ ਘਰ ਬੈਠੋ ਤਾਂ ਘਰ ਨਹੀਂ ਬੈਠੇ ਜਾ ਰਹੇ। ਇੰਡੀਆ ਵਰਗੀ ਕੰਟਰੀ ਉੱਥੇ ਵੀ ਜੇ ਅੱਜ ਲੋਕਡਾਊਨ ਕਰਤਾ ਗਿਆ, ਕਰਫਿਊ ਲੱਗ ਗਏ, ਲੋਕ ਆਪਣੇ ਘਰਾਂ 'ਚ ਬੰਦ ਕਰਤੇ ਗਏ ਆ, ਤਾਂ ਕੀ ਸਿਚੁਏਸ਼ਨ ਘਟ ਜੇ? ਤਾਂ ਅਸੀਂ ਦੇਖ ਵੀ ਰਹੇ ਹਾਂ, ਜੇ ਆਪਾਂ ਵਰਲਡ ਦੇ ਮੈਪ 'ਚ ਦੇਖੀਏ ਤਾਂ ਜਿੰਨੇ ਵੀ ਅੱਜ ਤੱਕ ਹਫ਼ਤੇ ਦੇ ਮੁਤਾਬਿਕ ਰੈਂਕ ਜਿਹੜਾ ਨੰਬਰ ਚੜ੍ਹਿਆ ਸੀਗਾ ਇੰਡੀਆ 'ਚ, ਇਸ ਵੇਲੇ ਘੱਟ ਹੈ, ਕੋਈ ਸ਼ੱਕ ਨਹੀਂ ਹੈ ਉੱਥੇ ਵਧਣ ਦੇ ਚਾਂਸ ਜ਼ਿਆਦਾ ਨੇ। ਲੇਕਿਨ ਉਹਨਾਂ ਨੇ ਲੋਕਡਾਊਨ ਕਰਤਾ, ਲੇਕਿਨ ਬੀਸੀ ਨੇ ਹੁਣ ਤੱਕ ਲੋਕਡਾਊਨ ਨਹੀਂ ਕੀਤਾ, ਕੈਨੇਡਾ ਨੇ ਲੋਕਡਾਊਨ ਨਹੀਂ ਕੀਤਾ, ਅਤੇ ਲੋਕ ਹਲੇ ਵੀ ਐਵੇਂ ਤੁਰੇ ਫਿਰਦੇ ਹਨ ਜਿਵੇਂ ਸੰਡੇ ਮਨਾ ਰਹੇ ਹੁਣ। ਕਿਉਂਕਿ ਦੇਖੋ ਅਸੀਂ ਇੱਕ ਕੰਟਰੀ ਨੂੰ ਦੂਜੀ ਕੰਟਰੀ ਨਾਲ ਕੰਪੇਅਰ ਨਹੀਂ ਕਰ ਸਕਦੇ। ਜਦੋਂ ਦੁਨੀਆ ਦੇ ਵਿੱਚ ਦੇਖਦੇ ਹਾਂ ਕਈ ਸਟੇਟਸ ਹੈਗੀਆਂ ਜਿੱਥੇ ਪੁਲਿਸ ਦਾ ਰਾਜ ਆ, ਮਿਲਟਰੀ ਦਾ ਰਾਜ ਆ, ਠੀਕ ਹੈ ਨਾ। ਅਤੇ ਅਸੀਂ ਜਿਹੜੇ ਹੈਗੇ ਹਾਂ, ਜਦੋਂ ਲਾਸਟ ਟਾਈਮ ਐਮਰਜੈਂਸੀ ਐਕਟ ਲਾਇਆ ਸੀ ਉਹ 1970 'ਚ ਲੱਗਿਆ ਸੀ, 1970 ਦੇ ਵਿੱਚ 50 ਸਾਲ ਹੋ ਗਏ ਸਾਨੂੰ ਫੈਡਰਲ ਲੈਵਲ ਦੇ ਉੱਤੇ ਇਹ ਜਿਹੜਾ ਐਮਰਜੈਂਸੀ ਆ ਉਹ ਲਾਉਣੀ ਨਹੀਂ ਪਈ। ਕੀ ਹੈਗਾ, ਹਰ ਰੋਜ਼ ਪ੍ਰਧਾਨ ਮੰਤਰੀ ਜਿਹੜੇ ਆ ਲੋਕਾਂ ਨੂੰ ਬੇਨਤੀ ਕਰਦੇ ਆ ਵੀ ਭਾਈ ਤੁਸੀਂ ਪਲੀਜ਼ ਬਾਹਰ ਨਾ ਨਿਕਲੋ। ਪ੍ਰੋਵਿੰਸ਼ੀਅਲ ਲੀਡਰ ਜਿਹੜੇ ਨੇ ਉਹ ਬੇਨਤੀ ਕਰਦੇ ਆ। ਐਡੀਐਂਟਿਕਸ ਬਹੁਤ ਵਧੀਆ ਕੰਮ ਕਰ ਰਹੇ ਆ ਜੇ ਹੈਲਥ ਮਿਨਿਸਟਰ, ਮੈਂ ਉਹਨਾਂ ਨੂੰ ਐਪਰੀਸ਼ੀਏਟ ਕਰਦਾ। ਪਰ ਅਸੀਂ ਕੀ ਹੈਗਾ ਕਿ ਪ੍ਰਧਾਨ ਮੰਤਰੀ ਨੇ ਵਾਰ ਵਾਰ ਕਿਹਾ ਕਿ ਅਸੀਂ ਬਹੁਤ ਸਾਰੀਆਂ ਗੱਲਾਂ ਸੂਬਿਆਂ 'ਤੇ ਵੀ ਛੱਡੀਆਂ ਹੋਈਆਂ ਨੇ, ਠੀਕ ਹੈ ਨਾ। ਸੂਬਿਆਂ ਦੇ ਪ੍ਰੀਮੀਅਰਸ ਨਾਲ ਉਹਨਾਂ ਦੀ ਵਾਰਤਾਲਾਪ ਹੋਈ ਟੈਲੀਫੋਨ ਦੇ ਉੱਤੇ, ਉਹਨਾਂ ਨੇ ਹਜੇ ਕਲੀਅਰ ਲਫ਼ਜ਼ਾਂ 'ਚ ਇਹ ਨਹੀਂ ਕਿਹਾ ਕਿ ਸਾਨੂੰ ਨੈਸ਼ਨਲ ਲੈਵਲ ਦੇ ਉੱਤੇ ਇਹ ਐਮਰਜੈਂਸੀ ਲਾਉਣੀ ਪੈਣੀ ਆ। ਸੋ ਅਸੀਂ ਵੀ ਚੜ੍ਹਦੀ ਕਲਾ ਟਾਈਮ ਟੀਵੀ ਦੀ ਸਾਰੀ ਟੀਮ ਵੱਲੋਂ ਆਪਣੇ ਦਰਸ਼ਕਾਂ ਨੂੰ ਇਹ ਗੁਜ਼ਾਰਿਸ਼ ਕਰਦੇ ਹਾਂ ਕਿ ਆਪਣੇ ਘਰਾਂ ਵਿੱਚ ਰਹੋ, ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਨੂੰ ਮੰਨੋ, ਆਪ ਸੁਰੱਖਿਅਤ ਰਹੋ, ਤਾਂ ਹੀ ਇਸ ਭਿਆਨਕ ਬਿਮਾਰੀ ਤੋਂ ਅਸੀਂ ਨਿਜਾਤ ਪਾ ਸਕਦੇ ਹਾਂ। ਧੰਨਵਾਦ।